वाहिगुरु जी का खालसा, श्री वाहिगुरु जी की फतेह। प्यारी साध संगत जी, तुहानू पता ही है कि असी तुहानू हर रोज़ एक नवी साखी सुनाने हाँ, जो कि आज कल लोकां दी हड बीती बन चुकी है। धन धन बाबा दीप सिंह जी दे चुपहरा साहिब ते जिहड़े लोग शिद्दत नाल पाठ करदे ने, मन लगा के परमात्मा दा ध्यान धरदे ने, उन्हां दीआं आसां मुरादां परमात्मा खुद पूरियां करदे ने ते बहुत ही जल्दी करदे ने। पर हाँ, कई मनमुख इहो जिहे हुंदे ने कि जिवें ਉਹ ਸੋਚਦੇ ਨੇ ਕਿ ਰਾਤ ਨੂੰ ਉਹਨਾਂ ਨੇ ਅਰਦਾਸ ਕੀਤੀ ਹੈ ਅਤੇ ਸਵੇਰੇ ਉਹ ਪੂਰੀ ਹੋ ਜਾਵੇ। ਖਾਲਸਾ ਜੀ, ਇੰਝ ਕਦੇ ਵੀ ਨਹੀਂ ਹੁੰਦਾ ਅਤੇ ਇੰਝ ਕਦੇ ਵੀ ਹੋਣਾ ਨਹੀਂ। ਅਸੀਂ ਕੋਈ ਇੰਨੇ ਤਪੱਸਵੀ ਗਿਆਨੀ ਨਹੀਂ ਹਾਂ ਕਿ ਜੇ ਅਸੀਂ ਹੁਣ ਅਰਦਾਸ ਕੀਤੀ ਹੈ ਤਾਂ ਉਹ ਮਿੰਟਾਂ ਸਕਿੰਟਾਂ 'ਚ ਪੂਰੀ ਹੋ ਜਾਵੇ। ਉਸ ਅਰਦਾਸ ਨੂੰ ਪੂਰਾ ਹੁੰਦਿਆਂ ਹੋਇਆਂ ਟਾਈਮ ਲੱਗਣਾ ਹੈ। ਉਸ ਅਰਦਾਸ ਨੂੰ ਪੂਰਾ ਕਰਨ ਲਈ ਪਹਿਲਾਂ ਸਾਨੂੰ ਓਨੇ ਜੋਗਾ ਹੋਣਾ ਹੋਵੇਗਾ ਜਿੰਨੀ ਸਾਡੀ ਅਰਦਾਸ ਹੈ। ਅਸੀਂ ਅਰਦਾਸ ਬੇਨਤੀ ਤਾਂ ਪਰਮਾਤਮਾ 'ਤੇ ਬਹੁਤ ਵੱਡੀਆਂ ਵੱਡੀਆਂ ਕਰ ਦਿੰਦੇ ਹਾਂ ਕਿ ਸੱਚੇ ਪਾਤਸ਼ਾਹ ਮੈਨੂੰ ਆਹ ਵੀ ਕੁਝ ਦੇ ਦੇ, ਆਹ ਸੁੱਖ ਵੀ ਮੇਰੀ ਜ਼ਿੰਦਗੀ 'ਚ ਦੇ ਦੇ। ਪਰ ਵੇਖੋ, ਅਸੀਂ ਓਨੇ ਜੋਗੀ ਤਪੱਸਿਆ ਕੀਤੀ ਹੈ। ਖਾਲਸਾ ਜੀ, ਅਸੀਂ ਜੇ ਓਨੇ ਜੋਗਾ ਤਪ ਕੀਤਾ ਹੋਏਗਾ, ਓਨਾ ਬਾਣੀ ਪੜ੍ਹੀ ਹੋਏਗੀ, ਓਨਾ ਪਾਠ ਕੀਤਾ ਹੋਏਗਾ, ਤਾਂ ਹੀ ਸਾਡੀ ਉਹ ਤਪੱਸਿਆ ਪੂਰੀ ਹੋਵੇਗੀ, ਉਹ ਸਾਡੀ ਮਨੋ ਇੱਛਾ ਪੂਰੀ ਹੋ ਜਾਵੇਗੀ। ਨਹੀਂ ਤਾਂ ਲੋਕਾਂ ਨੂੰ ਅੱਜ ਕੱਲ੍ਹ ਵਹਿਮ ਹੀ ਰਹਿੰਦਾ ਹੈ ਕਿ ਫਲਾਣੇ ਦੀ ਕਦੀ ਗੁਰਦੁਆਰੇ ਨਹੀਂ ਗਿਆ, ਪਰ ਉਹਦੀ ਰੱਬ ਨੇ ਬਹੁਤ ਜਲਦੀ ਸੁਣ ਲਈ ਜਾਂ ਉਹਦੇ ਬਹੁਤ ਜਲਦੀ ਕਾਜ ਸਵਾਰ ਲਏ। ਪਰ ਖਾਲਸਾ ਜੀ, ਇੰਝ ਨਹੀਂ ਹੁੰਦਾ। ਰੱਬ ਨੇ ਜੋ ਲਿਖਿਆ ਹੁੰਦਾ ਹੈ ਨਾ ਉਹਦੇ ਲੇਖਾਂ ਵਿੱਚ, ਉਹ ਉੱਦਾਂ ਹੀ ਹੁੰਦਾ ਹੈ। ਬਾਕੀ ਬੰਦਾ ਆਪਣੇ ਕਰਮ ਅਤੇ ਲੇਖ ਖੁਦ ਬਣਾਉਂਦਾ ਹੈ। ਜੇ ਹੁਣ ਚੰਗੇ ਕਰਮ ਕਰਦੇ ਹਾਂ ਤਾਂ ਚੰਗਾ ਹੀ ਸਾਡਾ ਹੋਵੇਗਾ, ਜੇ ਮਾੜੇ ਕਰਮ ਕਰਦੇ ਹਾਂ ਤਾਂ ਮਾੜਾ ਹੀ ਸਾਡੇ ਨਾਲ ਹੋਵੇਗਾ। ਇਹਦੇ ਵਿੱਚ ਕਿਸੇ ਦੀ ਕੋਈ ਉਹ ਨਹੀਂ ਹੈ ਕਿ ਪਰਮਾਤਮਾ ਵੀ ਕਿਸੇ ਨਾਲ ਭੇਦਭਾਵ ਕਰਦਾ ਹੈ। ਪਰਮਾਤਮਾ ਦੀ ਡਿਊਟੀ, ਕਿਸੇ ਨੇ ਪਰਮਾਤਮਾ ਨੂੰ ਪੁੱਛਿਆ ਕਿ ਰੱਬ ਕੀ ਕੰਮ ਕਰਦਾ ਹੈ ਜਾਂ ਪਰਮਾਤਮਾ ਕੀ ਕੰਮ ਕਰਦਾ ਹੈ। ਵੇਖੋ ਕਿਹੋ ਜਿਹੇ ਮਨਮੁੱਖਾਂ ਕਿ ਪਰਮਾਤਮਾ ਤੋਂ ਸਵਾਲ ਕੀਤਾ ਹੈ ਕਿ ਰੱਬ ਕੀ ਕਰਦਾ ਹੈ ਜਾਂ ਪਰਮਾਤਮਾ ਕੀ ਕਰਦਾ ਹੈ। ਵੇਖੋ, ਰੱਬ ਨੇ ਸਾਨੂੰ ਬਣਾਇਆ ਹੈ। ਰੱਬ ਸਾਨੂੰ ਚਾਹੁੰਦਾ ਤਾਂ ਜਾਨਵਰ ਬਣਾ ਸਕਦਾ ਸੀ। ਰੱਬ ਨੇ ਸਾਨੂੰ ਬਣਾਇਆ ਹੈ, ਪ੍ਰਭੂ ਨੇ ਉਸਨੇ ਸਾਨੂੰ ਬਣਾਇਆ ਹੈ, ਜੀਵਨ ਦਿੱਤਾ ਹੈ, ਬੰਦੇ ਦੀ ਜੂਣੀ ਦਿੱਤੀ ਹੈ ਅਤੇ ਅਸੀਂ ਬੰਦੇ ਦੀ ਜੂਣੀ ਤੋਂ ਵੀ ਦੁਖੀ ਹਾਂ। ਕੀ ਪਤਾ ਨਹੀਂ ਰੱਬ ਸਾਨੂੰ ਕੋਈ ਡੰਗਰ, ਕੋਈ ਕੁੱਤਾ, ਕੋਈ ਬਿੱਲੀ, ਕੋਈ ਚੂਹਾ ਕਿਸੇ ਤਰ੍ਹਾਂ ਦਾ ਬਣਾ ਦਿੰਦਾ। ਹੁਣ ਸਾਨੂੰ ਇੰਨਾ ਤਾਂ ਹੈਗਾ ਕਿ ਅਸੀਂ ਆਪ ਚੁੱਕ ਕੇ ਖਾ ਸਕਦੇ ਹਾਂ, ਸਾਨੂੰ ਕੁੱਤਿਆਂ ਵਾਂਗੂ ਦਰ ਦਰ ਭਟਕਣਾ ਨਹੀਂ ਪੈਂਦਾ, ਰੋਟੀ ਦੇ ਟੁਕੜੇ ਦੇ ਲਈ ਸਾਨੂੰ ਕੋਈ ਲੱਤ ਨਹੀਂ ਮਾਰਦਾ, ਕੋਈ ਡੰਡਾ ਨਹੀਂ ਮਾਰਦਾ। ਅਸੀਂ ਮਨੁੱਖ ਹਾਂ, ਅਸੀਂ ਆਪਣਾ ਕਮਾ ਕੇ ਖਾ ਸਕਦੇ ਹਾਂ। ਦੋ ਹੱਥ ਦਿੱਤੇ ਨੇ, ਦੋ ਅੱਖਾਂ ਦਿੱਤੀਆਂ ਨੇ ਕਿਰਤ ਕਰਨ ਨੂੰ, ਲੱਤਾਂ ਦਿੱਤੀਆਂ ਨੇ, ਉਹ ਵੀ ਤਾਂ ਇਨਸਾਨ ਹੈ ਜਿਨ੍ਹਾਂ ਦੀਆਂ ਲੱਤਾਂ ਹੀ ਨਹੀਂ, ਵਿਚਾਰੇ ਮੰਗ ਕੇ ਭੀਖ ਮੰਗ ਕੇ ਖਾਂਦੇ ਨੇ। ਕਈਆਂ ਨੇ ਤਾਂ ਸ਼ੌਂਕ ਬਣਾ ਲਿਆ ਫੈਸ਼ਨ ਭੀਖ ਦਾ, ਅੱਜ ਕੱਲ੍ਹ ਜ਼ਿਆਦਾਤਰ ਹੈ। ਪਰ ਜਿਹੜੇ ਮਜਬੂਰ ਹਨ, ਜਿਹੜੇ ਵਿਕਲਾਂਗ ਹਨ, ਜਿਨ੍ਹਾਂ ਦਾ ਕੋਈ ਲੱਤ ਪੈਰ ਹੱਥ ਪੈਰ ਨਹੀਂ ਹੈਗਾ, ਉਹਨਾਂ ਲਈ ਭੀਖ ਇੱਕ ਸਜ਼ਾ ਹੈ ਜੋ ਪਰਮਾਤਮਾ ਨੇ ਉਹਨਾਂ ਦੇ ਕਰਮ 'ਚ ਧੁਰ ਤੋਂ ਹੀ ਲਾਈ ਹੈ। ਦੇਖੋ, ਪਰਮਾਤਮਾ ਨੇ ਸਾਨੂੰ ਕਿੰਨਾ ਸੋਹਣਾ ਜੀਵਨ ਦਿੱਤਾ ਹੈ, ਇਸ ਨੂੰ ਬਤੀਤ ਕਰੋ। ਸਿਰਫ ਰੰਜਿਸ਼ਾਂ ਜਾਂ ਦੂਸਰੇ ਦਾ ਦਿਲ ਦੁਖੀ ਕਰਕੇ ਜਾਂ ਕਿਸੇ ਨੂੰ ਨੁਕਸਾਨ ਪਹੁੰਚਾ ਕੇ ਅਸੀਂ ਇਸ ਜੀਵਨ ਨੂੰ ਵਿਅਰਥ ਨਾ ਕਰੀਏ। ਹਾਂ ਚਲੋ, ਜੇ ਕੋਈ ਕਿਸੇ ਨਾਲ ਕੋਈ ਗਲਤ ਕਰਦਾ ਹੈ, ਉਸ ਦਾ ਰੱਬ ਦਾ ਕੰਮ ਹੈ ਲੋਕਾਂ ਦਾ ਭਲਾ ਕਰਨਾ, ਰੱਬ ਦਾ ਕੰਮ ਹੈ ਲੋਕਾਂ ਨੂੰ ਜੀਵਨ ਦੇਣਾ, ਅਤੇ ਰੱਬ ਦਾ ਕੰਮ ਹੈ ਲੋਕਾਂ ਲਈ ਰੋਜ਼ ਪਰਮਾਤਮਾ ਕਿਸੇ ਨੂੰ ਚੰਗਾ ਕਿਸੇ ਨੂੰ ਮਾੜਾ ਜੋ ਵੀ ਕਰਦਾ ਹੈ ਪਰਮਾਤਮਾ ਸਭ ਦੇ ਭਲੇ ਲਈ ਕਰਦਾ ਹੈ। ਇਹ ਤਾਂ ਮਨੁੱਖ ਹੈ ਜੋ ਸਮਝਦਾ ਨਹੀਂ ਹੈ। ਅਤੇ ਪਰਮਾਤਮਾ ਕੋਈ ਜੰਮਦਾ ਹੈ, ਕੋਈ ਮਰਦਾ ਹੈ, ਪਰਮਾਤਮਾ ਨੇ ਹਰੇਕ ਦੀ ਖਾਤਾ ਲਾਇਆ ਹੋਇਆ ਹੈ। ਕਿਸੇ ਨੇ ਕਦੋਂ ਜੰਮਣਾ ਹੈ, ਕਿਸੇ ਨੇ ਕਦੋਂ ਮਰਨਾ ਹੈ, ਇਹ ਸਭ ਕੁਛ ਉਸ ਪਰਮਾਤਮਾ ਨੂੰ ਪਤਾ ਹੈ। ਅਤੇ ਉਸ ਪਰਮਾਤਮਾ ਨੇ ਹੀ ਸਭ ਨੂੰ ਜੀਵਨ ਦਿੱਤਾ ਹੈ। ਇਹ ਜੀਵਨ ਸਿਰਫ ਉਸ ਪਰਮਾਤਮਾ ਦੀ ਬੰਦਗੀ ਲਈ ਹੀ ਹੈ। ਰੱਬ ਦੇ ਕੰਮ ਕੀ ਅਸੀਂ ਰੱਬ ਦੇ ਕੰਮਾਂ ਦੀ ਤੁਲਨਾ ਕਰਾਂਗੇ, ਕਿਸੇ ਨਾਲ ਕਰ ਸਕਦੇ ਹਾਂ? ਨਹੀਂ। ਕਦੋਂ ਕਿਸੇ ਨੇ ਕੀ ਕਰਨਾ ਹੈ, ਕਿੰਨੇ ਕੰਮ ਹਨ, ਕਿੰਨੇ ਪ੍ਰਾਣੀ ਰੱਬ ਨੇ ਬਣਾਏ ਹਨ, ਭੁੱਖ ਪਿਆਸ ਦੁੱਖ ਦਰਦ ਤਕਲੀਫ ਸਭ ਦਾ ਰੱਬ ਨੂੰ ਹੀ ਪਤਾ ਹੈ। ਖਾਲਸਾ ਜੀ, ਅੱਜ ਦੀ ਜੋ ਹੱਡ ਬੀਤੀ ਹੈ
ਉਹ ਇੱਕ 15 ਕੁ ਸਾਲ ਦੀ ਕੁੜੀ ਦੀ ਹੈ ਜਿਸ ਨੂੰ ਕਿ ਇੰਨਾ ਕੁਛ ਬਹੁਤਾ ਗਿਆਨ ਨਹੀਂ ਹੈ ਪਰ ਕਈ ਵੇਲੇ ਕਹਿੰਦੇ ਹੁੰਦੇ ਆ ਨਾ ਕਿ ਹੋਣਹਾਰ ਬੀਆ ਬਾਣ ਕੇ ਹੋਤ ਚਿਕਨੇ ਪਾਤ ਵੀ ਜਿਹੜੇ ਬੱਚੇ ਕਾਮਯਾਬ ਹੋਣੇ ਹੋਣ ਜਿਹੜੇ ਬੱਚੇ ਨੇ ਕੋਈ ਤਰੱਕੀ ਕਰਨੀ ਹੋਵੇ ਨਾ ਉਹ ਬਚਪਨ ਤੋਂ ਹੀ ਸਭ ਤੋਂ ਅਲੱਗ ਦਿਖਦਾ ਹੈ ਉਹਦੀ ਖਾਣ ਪੀਣ ਰਹਿਣ ਸਹਿਣ ਉਹਦਾ ਸਭ ਕੁਛ ਵੱਖਰਾ ਹੁੰਦਾ ਹੈ ਉਹ ਬੱਚੀ 15 ਸਾਲ ਦੀ ਹੈ ਉਸਦਾ ਐਕਸਪੀਰੀਅੰਸ ਦੇਖੋ ਕਿੰਨਾ ਹੈ ਉਸਦਾ ਐਕਸਪੀਰੀਅੰਸ ਇਹ ਹੈ ਕਿ ਉਹ ਸਵੇਰੇ ਉੱਠਦੀ ਹੈ ਪਾਠ ਕਰਦੀ ਹੈ ਉਹਨੇ ਦੱਸਿਆ ਹੈ ਕਿ ਪਹਿਲਾਂ ਉਹ ਸਿਰਫ ਜਪਜੀ ਸਾਹਿਬ ਦਾ ਪਾਠ ਕਰਦੀ ਸੀ ਅਤੇ ਜਦੋਂ ਕਹਿੰਦੀ ਉਹ ਜਪਜੀ ਸਾਹਿਬ ਦਾ ਪਾਠ ਕਰਦੀ ਸੀ ਉਹ ਅੱਧਾ ਜਿਹਾ ਕਰਕੇ ਛੱਡ ਦਿੰਦੀ ਸੀ ਕਿਉਂਕਿ ਗਿਆਨ ਨਹੀਂ ਸੀ ਨਾ ਉਹਨੂੰ ਵੀ ਪੂਰਾ ਪਾਠ ਕਰੀਦਾ ਹੁੰਦਾ ਹੈ ਉਹਨੇ ਖੁਦ ਆਪਣਾ ਐਕਸਪੀਰੀਅੰਸ ਸ਼ੋਅ ਕੀਤਾ ਹੈ ਕਿ ਪਹਿਲਾਂ ਮੈਂ ਸਿਰਫ ਜਪਜੀ ਸਾਹਿਬ ਦਾ ਹੀ ਪਾਠ ਕਰਦੀ ਸੀ ਉਹ ਵੀ ਅੱਧਾ ਕਰਨ ਤੋਂ ਬਾਅਦ ਮੈਂ ਪਰਮਾਤਮਾ ਕੋਲ ਪਤਾ ਨਹੀਂ ਕਿੰਨੀਆਂ ਕੁ ਡਿਮਾਂਡਾਂ ਮੰਗ ਲੈਂਦੀ ਸੀ ਹੁੰਦੀ ਹੈ ਨਾ ਆਦਤ ਜਦੋਂ ਵੀ ਅਸੀਂ ਪਾਠ ਕਰੀਏ ਅਸੀਂ ਪਰਮਾਤਮਾ ਕੋਲ ਬਹੁਤ ਕੁਛ ਮੰਗ ਲਈਦਾ ਹੁੰਦਾ ਹੈ ਕਈ ਵਾਰ ਗੁਰਦੁਆਰਾ ਸਾਹਿਬ 'ਚ ਆਪਾਂ ਦੇਖਦੇ ਹਾਂ ਕਿ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕਣ ਲੱਗੇ ਲੋਕ ਅੱਧਾ 15-15 ਮਿੰਟ 10-10 ਮਿੰਟ ਸੈਕਿੰਡ ਤਾਂ ਲਾ ਹੀ ਦਿੰਦੇ ਨੇ 2-3 ਮਿੰਟ ਦੀ ਤਾਂ ਮੂੰਹ ਦੇ ਵਿੱਚ ਪਤਾ ਨਹੀਂ ਕੀ ਕੁਛ ਮੰਗ ਲੈਣਗੇ ਵੀ ਭਲਿਆ ਮਨੁੱਖਾ ਜੇ ਤੂੰ ਗੁਰਦੁਆਰਾ ਸਾਹਿਬ ਆ ਗਿਆ ਹੈ ਗੁਰੂ ਗ੍ਰੰਥ ਸਾਹਿਬ ਸਾਹਮਣੇ ਮੱਥਾ ਟੇਕ ਅਤੇ ਚੁੱਪ ਕਰਕੇ ਬੈਠ ਜਾ ਉਸ ਪਰਮਾਤਮਾ ਨੇ ਤੈਨੂੰ ਬਣਾਇਆ ਹੈ ਤੇਰੀ ਇਹ ਸਾਰੀ ਸਟੋਰੀ ਤੇਰੀ ਪੂਰੀ ਜ਼ਿੰਦਗੀ ਜੀਵਨ ਗਾਥਾ ਲਿਖੀ ਹੈ ਕਿ ਉਹਨੂੰ ਨਹੀਂ ਪਤਾ ਤੇਰੀ ਜ਼ਿੰਦਗੀ 'ਚ ਕੀ ਚੱਲ ਰਿਹਾ ਹੈ ਤੂੰ ਉਹਦਾ ਨਾਮ ਤਾਂ ਜਪ ਤੂੰ ਉਹਦਾ ਸਿਮਰਨ ਤਾਂ ਕਰ ਭਲਿਆ ਮਨੁੱਖਾ ਤੂੰ ਉਹਦਾ ਸ਼ੁਕਰਾਨਾ ਤਾਂ ਕਰ ਪਰ ਨਹੀਂ ਅਸੀਂ ਆਪਣੀਆਂ ਡਿਮਾਂਡਾਂ ਇੰਨੀਆਂ ਕਰ ਲੈਂਦੇ ਹਾਂ ਕਿ ਧੱਕੇ 'ਤੇ ਧੱਕਾ ਪੈਂਦਾ ਰਹੇਗਾ ਪਰ ਲੋਕ ਮੂੰਹ ਦੇ ਵਿੱਚ 15-15-20-20 ਮਿੰਟ 5-5 ਸੈਕਿੰਡ ਤੱਕ ਅਰਦਾਸਾਂ ਹੀ ਕਰੀ ਜਾਣਗੇ ਵੀ ਜਿਵੇਂ ਰੱਬ ਬੋਲਾ ਹੈ ਰੱਬ ਨੂੰ ਸੁਣਦਾ ਨਹੀਂ ਰੱਬ ਨੂੰ ਵਿਖਦਾ ਨਹੀਂ ਰੱਬ ਨੂੰ ਸਭ ਕੁਛ ਪਤਾ ਹੈ ਤੇਰੇ ਕਹਿਣ ਨਾਲ ਕੋਈ ਜ਼ਿਆਦਾ ਨਹੀਂ ਦਿਖਣ ਲੱਗ ਪੈਣਾ ਰੱਬ ਨੂੰ ਸਭ ਕੁਝ ਦੇਖਦਾ ਹੈ ਅਤੇ ਹਰ ਇੱਕ ਬੰਦੇ ਦੀ ਆਪਣੀ ਆਪਣੀ ਹੁੰਦੀ ਹੈ ਵੀ ਕੀ ਮੰਗਣਾ ਹੈ ਇੱਕ ਦਿਨ ਇੱਕ ਸੰਨਿਆਸੀ ਸੀ ਮੈਂ ਤੁਹਾਨੂੰ ਇੱਕ ਕਥਾ ਦੇ ਵਿੱਚ ਇੱਕ ਹੋਰ ਗੱਲ ਦੱਸਾਂ ਉਹ ਸੰਨਿਆਸੀ ਨੂੰ ਨਾ ਇੱਕ ਬੰਦੇ ਨੇ ਪੁੱਛਿਆ ਵੀ ਸੰਨਿਆਸੀ ਜੀ ਤੁਹਾਨੂੰ ਭਗਤੀ ਦਾ ਬੜਾ ਗਿਆਨ ਹੈ ਅਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਮੈਂ ਹਰ ਰੋਜ਼ ਰੱਬ ਅੱਗੇ ਦੁਆ ਕਰਦਾ ਹਾਂ ਹਰ ਰੋਜ਼ ਰੱਬ ਅੱਗੇ ਦੁਆ ਕਰਦਾ ਹਾਂ ਗੁਰੂ ਗ੍ਰੰਥ ਸਾਹਿਬ ਸਾਹਮਣੇ ਖਲੋ ਕੇ ਮੈਂ 5-5-10-10 ਸੈਕਿੰਡ ਤੱਕ ਪਰਮਾਤਮਾ ਨੂੰ ਆਪਣੀ ਅਰਦਾਸ ਬੇਨਤੀ ਰੋਜ਼ ਦੱਸਦਾ ਹਾਂ ਹੇ ਪਰਮਾਤਮਾ ਜੋ ਵੀ ਚੰਗਾ ਭਲਾ ਬੁਰਾ ਭਲਾ ਜੋ ਵੀ ਮੈਂ ਕਹਿੰਦਾ ਦੱਸਦਾ ਹਾਂ ਵੀ ਉਹ ਪੂਰਾ ਹੋ ਜੇ ਵੀ ਉਹ ਕਾਰਜ ਮੇਰਾ ਪੂਰਾ ਹੋ ਜੇ ਅਤੇ ਉਹ ਸੰਨਿਆਸੀ ਨੇ ਕਿਹਾ ਕਿ ਜਦੋਂ ਤੂੰ ਹੁਣ ਤੋਂ ਜਾਇਆ ਕਰੇਂਗਾ ਨਾ ਉਦੋਂ ਚੁੱਪ ਕਰਕੇ ਮੱਥਾ ਟੇਕ ਕੇ ਨਾ ਅਤੇ ਬੈਠ ਜਾਇਆ ਕਰੀ ਵੇਖੀ ਤੇਰੀ ਅਰਦਾਸ ਪਰਮਾਤਮਾ ਉਂਝ ਛੇਤੀ ਸੁਣਦਾ ਹੈ ਜਾਂ ਐਵੇਂ ਛੇਤੀ ਸੁਣਦਾ ਹੈ ਉਹ ਬੰਦਾ ਹੈਰਾਨ ਹੋ ਗਿਆ ਕਿਉਂਕਿ ਪਰਮਾਤਮਾ ਜਾਨੀ ਜਾਨ ਹੈ ਨਾ ਪਰਮਾਤਮਾ ਨੂੰ ਸਭ ਕੁਛ ਪਤਾ ਹੈ ਪਰਮਾਤਮਾ ਨੂੰ ਕੁਛ ਦੱਸਣ ਦੀ ਲੋੜ ਨਹੀਂ ਹੈ ਇਹ ਪਰ ਟਾਈਮ ਦੀ ਵੇਟ ਕਰਦਾ ਹੈ ਪਰਮਾਤਮਾ ਕਿ ਉਹ ਟਾਈਮ ਆਵੇ ਕਿ ਜਦੋਂ ਆਹ ਟਾਈਮ ਆ ਗਿਆ ਪਰਮਾਤਮਾ ਨੇ ਖੁਦ ਬ ਖੁਦ ਕਰ ਦੇਣਾ ਹੈ ਇਸ ਕਰਕੇ ਤੁਸੀਂ ਪਰਮਾਤਮਾ ਦੇ ਨਾਲ ਸੰਘਰਸ਼ ਨਾ ਕਰੋ ਤੁਸੀਂ ਬਾਣੀ ਨਾਲ ਜੁੜੋ ਕੀ ਪਤਾ ਬਾਣੀ ਤੁਹਾਡੇ ਕਾਜ ਸਵਾਰ ਦੇ ਬਾਣੀ ਉਹ ਚਾਬੀ ਹੈ ਜੋ ਤੁਹਾਡੇ ਦੁੱਖਾਂ ਨੂੰ ਬੰਦ ਕਰ ਦੇਗੀ ਦੁੱਖ ਨਹੀਂ ਜ਼ਿੰਦਗੀ 'ਚ ਆਉਣਗੇ ਗੁਰਬਾਣੀ ਦੇ ਨਾਲ ਬਿਮਾਰੀਆਂ ਠੀਕ ਹੋ ਜਾਣਗੀਆਂ ਕਰਕੇ ਵੇਖਣਾ ਗੁਰਬਾਣੀ ਪੜੂੰਗੇ ਗੁਰਬਾਣੀ ਸੁਣੂੰਗੇ ਤੁਹਾਨੂੰ ਖੁਦ ਪਤਾ ਲੱਗੇਗਾ ਗੁਰਬਾਣੀ ਨਾਲ ਪਿਆਰ ਹੋ ਜਾਏਗਾ ਵੀ ਜਿੱਦਣ ਤੁਸੀਂ ਅੱਜ ਪਾਠ ਨਹੀਂ ਕੀਤਾ ਹੈ ਨਾ ਤੁਹਾਨੂੰ ਖੁਦ ਨੂੰ ਖੂਹ ਪਊਗੀ ਅੰਦਰੋਂ ਵੀ ਹਾਏ ਅੱਜ ਮੈਂ ਪਾਠ ਨਹੀਂ ਕੀਤਾ ਇੱਕ ਵਾਰ ਨਾ ਦੋ ਵਾਰ ਨਾ ਤਿੰਨ ਵਾਰ ਨਾ ਕਦੀ ਤਾਂ ਕਦੀ ਮਨ 'ਚ ਚੇਤਾ ਜ਼ਰੂਰ ਆਊਗਾ ਜਿਵੇਂ ਕਿ ਉਹ ਸਾਡੀ ਰੂਟੀਨ ਹੈ ਅਸੀਂ ਰੋਜ਼ ਪਾਠ ਕਰਦੇ ਹਾਂ ਅਤੇ ਇੱਕ ਦਿਨ 'ਚ ਅਸੀਂ ਨਾਗਾ ਵੀ ਪਾ ਲਈਏ ਤਾਂ ਵੀ ਸਾਨੂੰ ਐਵੇਂ ਹੋਏਗਾ ਵੀ ਕੋਈ ਚੀਜ਼ ਰਹਿ ਗਈ ਹੈ ਵੀ ਹਜੇ ਮੈਂ ਪੂਰਾ ਨਹੀਂ ਅੱਜ ਮੈਂ ਅਧੂਰਾ ਹੀ ਹਾਂ ਕਿਉਂਕਿ ਮੈਨੂੰ ਗੁਰੂ ਦੇ ਦਰਸ਼ਨ ਨਹੀਂ ਹੋਏ ਮੈਂ ਅੱਜ ਪਾਠ ਨਹੀਂ ਕੀਤਾ ਹੈ ਉਹ ਬੱਚੀ ਨੇ ਦੱਸਿਆ ਕਿ ਹੁਣ ਮੈਂ ਨਾ ਪੂਰਾ ਪਾਠ ਕਰ ਲੈਂਦੀ ਹਾਂ ਅਤੇ ਮੈਂ ਹਮੇਸ਼ਾ ਇਹੀ ਸੋਚਦੀ ਸੀ ਕਿ ਪਰਮਾਤਮਾ ਆਹ ਵਾਲੇ ਟੈਸਟ 'ਚ ਮੇਰੇ ਇੰਨੇ ਨੰਬਰ ਆ ਜਾਣ ਹੇ ਪਰਮਾਤਮਾ ਆਹ ਵਾਲੇ ਟੈਸਟ 'ਚ ਮੇਰੇ ਇੰਨੇ ਨੰਬਰ ਆ ਜਾਣ ਤਾਂ ਵੇਖੋ ਉਹ ਬੱਚੀ ਦੱਸਦੀ ਹੈ ਕਿ ਮੇਰੇ ਨਾਲ ਇੱਦਾਂ ਚਮਤਕਾਰ ਹੋਣੇ ਕਰਨੇ ਜਿੱਦਣ ਮੈਂ ਅੱਧਾ ਪਾਠ ਕਰਿਆ ਕਰਨਾ ਰਹਿਰਾਜ ਸਾਹਿਬ ਦਾ ਜਾਂ ਜਪਜੀ ਸਾਹਿਬ ਦਾ ਅਤੇ ਮੇਰੇ ਉਸ ਦਿਨ ਟੈਸਟ ਦੇ ਵਿੱਚੋਂ ਫੁੱਲ ਮਾਰਕਸ ਆ ਜਾਣੇ ਕਰਨੇ ਵੀ ਬਹੁਤ ਨੰਬਰ ਆ ਜਾਣੇ ਕਰਨੇ ਅਤੇ ਜਿੱਦਣ ਕਹਿੰਦੀ ਮੈਂ ਪੂਰਾ ਪਾਠ ਕਰਕੇ ਅਰਦਾਸ ਕਰਿਆ ਕਰਨੀ ਤਾਂ ਮੇਰੇ ਨੰਬਰ ਹੀ ਬਹੁਤ ਘੱਟ ਆਉਣੇ ਕਰਨੇ ਨਾ ਮੈਨੂੰ ਗੁੱਡ ਮਿਲਿਆ ਕਰਨੇ ਵੀ ਇੱਕ ਚਾਹਤ ਜੀ ਹੁੰਦੀ ਸੀ ਵੀ ਇੰਨਾ ਪਾਠ ਕੀਤਾ ਅਤੇ ਉਹਦਾ ਫਲ ਮੈਨੂੰ ਇੰਨਾ ਮਿਲੇ ਇਹ ਹੋ ਗਿਆ ਕਿ ਮੈਂ 10 ਰੁਪਏ ਦਿੱਤੇ ਤਾਂ ਮੈਂ ਚੀਜ਼ ਵੀ 10 ਰੁਪਏ ਦੀ ਹੀ ਲੈਣੀ ਹੈ ਠੀਕ ਹੈ ਨਾ
ਇਹ ਨਹੀਂ ਹੈ ਕਿ ਮੈਂ 10 ਰੁਪਏ ਦੀ ਦਿੱਤੀ ਅਤੇ ਮੈਂ ਚੀਜ਼ 5 ਰੁਪਏ ਦੀ ਲੈ ਲਵਾਂ, ਇਹ ਹਿਸਾਬ ਨਹੀਂ। ਦੇਖੋ ਕਿੰਨਾ ਐਕਸਪੀਰੀਅੰਸ ਹੈ ਉਸ ਬੱਚੀ ਦਾ। ਕਹਿੰਦੇ ਹੌਲੀ ਹੌਲੀ, ਕਹਿੰਦੇ 3-4 ਸਾਲ ਹੋ ਗਏ, ਹੁਣ ਉਹ ਬੱਚੀ ਜਵਾਨ ਹੋ ਗਈ, 20 ਸਾਲ ਦੀ ਹੋ ਗਈ। ਕਹਿੰਦੇ ਵੀ ਮੈਨੂੰ ਪਰਮਾਤਮਾ ਦੇ ਪਾਠ ਨਾਲ ਇੰਨੀ ਲਗਨ ਲੱਗੀ, ਇੰਨੀ ਲਗਨ ਲੱਗੀ ਕਿ ਮੈਂ ਪਾਠ ਤੋਂ ਬਿਨਾਂ ਹੁਣ ਰਹਿ ਹੀ ਨਹੀਂ ਸਕਦੀ ਸੀ। ਦੇਖੋ ਬੱਚੀ ਦਾ ਇੰਨਾ ਪਿਆਰ ਸੀ। ਕਹਿੰਦੇ ਵੀ ਮੈਂ ਚਲੋ ਆਪਣੀ ਲਾਈਫ 'ਚ ਖੁਸ਼ ਸੀ, ਬੱਚਾ ਸੀ, ਬਚਪਨ ਸੀ, ਜਵਾਨੀ ਆਈ, ਵੀ ਵਧੀਆ ਸੀ, ਘਰ ਬਾਰ, ਮੰਮੀ ਪਾਪਾ ਸਭ ਕੁਝ ਠੀਕ ਸੀ। ਕਹਿੰਦੇ ਅਚਾਨਕ ਨਾ, ਕਹਿੰਦੇ ਵੀ ਮੈਂ ਸਕੂਟਰੀ ਸਿੱਖਦੀ ਪਈ ਸੀ ਅਤੇ ਮੈਂ ਸਕੂਟਰੀ ਤੋਂ ਗਿਰ ਗਈ, ਸਕੂਟਰੀ ਤੋਂ ਡਿੱਗ ਗਈ। ਕਹਿੰਦੇ ਮੈਂ ਉਹ ਬੱਚੀ ਦੀ ਲੱਕ 'ਚ ਇਸ ਤਰ੍ਹਾਂ ਦੀ ਸੱਟ ਲੱਗੀ ਵੀ ਉਹ ਮੰਜੀ 'ਤੇ ਹੀ ਪੈ ਗਈ, ਸਮਝ ਲਓ। ਪਤਾ ਨਹੀਂ ਕੋਈ ਮਣਕਾ ਦੱਬ ਹੋ ਗਿਆ ਜਾਂ ਕੀ ਹੋ ਗਿਆ, ਬਹੁਤ ਦੁੱਖ ਹੋ ਗਿਆ। ਹੁਣ ਜੇ ਉੱਠੇਗੀ ਵਿਚਾਰੀ, ਮੂੰਹ ਹੱਥ ਧੋਏਗੀ ਤਾਂ ਹੀ ਪਾਠ ਕਰੇਗੀ। ਚਲ ਉਹਨੂੰ ਸਿੱਧਕ ਨਾ ਆਉਣਾ ਕਰਨਾ ਪਾਠ ਕਰਨ ਤੋਂ। ਉਹਨੇ ਆਪਣੇ ਘਰਦਿਆਂ ਨੂੰ ਕਿਹਾ ਕਰਨਾ ਕਿ ਮੇਰੇ ਕੋਲ ਪਾਠ ਲਗਾ ਕੇ ਛੱਡ ਦਿਉ ਜਾਂ ਪਾਠ ਮੈਨੂੰ ਫੜਾ ਦਿਉ। ਫੋਨ ਲੰਮੇ ਪਈ ਨੇ, ਕਹਿੰਦੀ ਮੈਂ ਪਾਠ ਕਰਿਆ ਕਰਨਾ। ਡਾਕਟਰਾਂ ਦੇ ਕੋਲ ਗਏ, ਡਾਕਟਰਾਂ ਨੇ ਹੋਰ ਪੱਟੀਆਂ ਲਾ, ਕਦੀ ਕੁਛ ਕਰ, ਕਦੀ ਕੁਛ ਕਰ। ਚਲੋ ਆਪਰੇਸ਼ਨ ਦਾ ਦੱਸਤਾ ਸੀ ਡਾਕਟਰਾਂ ਨੇ, ਇੱਥੋਂ ਤੱਕ ਕਿ ਬਹੁਤ ਆਪਰੇਸ਼ਨ ਦਾ ਦੱਸਤਾ। ਵੀ ਉਹ ਬੱਚੀ ਬਹੁਤ ਨਿਰਾਸ਼ ਹੋਈ ਕਿ ਮੈਂ ਤਾਂ ਸ਼ੁਰੂ ਤੋਂ ਹੀ ਪਰਮਾਤਮਾ ਦੇ ਨਾਲ ਜੁੜੀ ਹਾਂ, ਵੀ ਪਰਮਾਤਮਾ ਮੇਰੇ ਨਾਲ ਇੱਦਾਂ ਕੁਛ ਨਹੀਂ ਕਰ ਸਕਦਾ, ਵੀ ਮੇਰਾ ਆਪਰੇਸ਼ਨ ਕਰਾਉਣ 'ਚ ਵੀ ਬਹੁਤ ਖਰਚਾ ਹੋਏਗਾ। ਜਿਹੜੇ ਆਮ ਲੋਕ ਜਾਂ ਮਜ਼ਦੂਰ ਲੋਕ ਜਾਂ ਅਸੀਂ ਆਪ ਆਮ ਲੋਕ ਹਾਂ, ਕੋਈ ਗੌਰਮੈਂਟ ਜੋਬ ਨਹੀਂ ਹੋਵੇ, ਤਾਂ ਬੰਦੇ ਨੂੰ ਲੱਗਦਾ ਹੈ ਕਿ ਖਰਚਾ ਚੱਕਣਾ ਬਹੁਤ ਮੁਸ਼ਕਿਲ ਹੋ ਜਾਏਗਾ। ਉਹ ਕਹਿੰਦੀ ਕਿ ਮੇਰਾ ਨਾ ਮਨ ਟੁੱਟ ਗਿਆ, ਮੈਂ ਨਿਰਾਸ਼ ਹੋ ਗਈ ਕਿ ਪਰਮਾਤਮਾ ਮੈਂ ਹਰ ਰੋਜ਼ ਤੇਰੀ ਭਗਤੀ ਕਰਦੀ ਹਾਂ, ਫਿਰ ਐਵੇਂ ਕਿਉਂ? ਇਹ ਵੀ ਨਾ ਕੋਈ ਕਰਮਾਂ 'ਚ ਲਿਖਿਆ ਕੋਈ ਮਾੜਾ ਕਰਮ ਅੱਗੇ ਆ ਜਾਵੇ ਨਾ ਤਾਂ ਕਦੀ ਕਦੀ ਹੋ ਜਾਂਦਾ ਲਾਈਫ 'ਚ, ਘਬਰਾਇਆ ਨਾ ਕਰੋ। ਜੇ ਕਦੇ ਕੋਈ ਮਾੜਾ ਟਾਈਮ ਆ ਜਾਵੇ ਤਾਂ ਰੱਬ ਨੂੰ ਚੇਤਾ ਕਰ ਲਿਆ ਕਰੋ। ਜਿਸ ਦਿਨ ਤੁਸੀਂ ਰੱਬ ਨੂੰ ਚੇਤਾ ਕਰੋਗੇ, ਰੱਬ ਦੀ ਬਾਣੀ ਨਾਲ ਜੁੜੋਗੇ, ਤੁਹਾਡਾ ਮਨ ਖੁਸ਼ ਹੋਊਗਾ। ਅਤੇ ਦੂਸਰੇ ਦੇ ਦੁਖੀ ਕਰਨ ਨਾਲ ਦੁਖੀ ਨਾ ਹੋਇਆ ਕਰੋ। ਮੈਂ ਵੀ ਪਹਿਲਾਂ ਬਹੁਤ ਦੁਖੀ ਹੁੰਦੀ ਸੀ, ਪਰ ਹੁਣ ਨਹੀਂ ਹੁੰਦੀ, ਕਿਉਂਕਿ ਹੁਣ ਮੈਨੂੰ ਪਰਮਾਤਮਾ ਦਾ ਸਾਥ ਹੈ। ਜਦ ਮੈਨੂੰ ਉਸ ਪਾਲਣਹਾਰੇ ਸਿਰਜਣਹਾਰੇ ਦਾ ਸਾਥ ਹੈ ਨਾ, ਤਾਂ ਕਿਸੇ ਦੂਸਰੇ ਤੋਂ ਡਰਨ ਦੀ ਕੋਈ ਲੋੜ ਹੀ ਨਹੀਂ ਹੈ। ਅਤੇ ਕਹਿੰਦੇ ਉਹ ਬੱਚੀ ਦਾ ਇੰਨਾ ਵਿਸ਼ਵਾਸ ਸੀ ਕਿ ਮੈਂ ਇੱਦਾਂ ਹੀ ਠੀਕ ਹੋ ਜਾਵਾਂਗੀ। ਪਿੰਡ ਦੇ ਨਾ ਬਾਹਰ ਕਹਿੰਦੇ ਇੱਕ ਨਾ ਗੁਰਦੁਆਰਾ ਸੀ, ਗੁਰਦੁਆਰੇ 'ਚ ਇੱਕ ਬੀਬੀ ਮੱਥਾ ਟੇਕਣ ਆਉਂਦੀ ਸੀ। ਕਹਿੰਦੇ ਮੇਰੇ ਮਾਤਾ ਜੀ ਵੀ ਉੱਥੇ ਮੱਥਾ ਟੇਕਣਗੇ, ਅਤੇ ਉਹਨਾਂ ਨੇ ਮੇਰੀ ਨਾ ਦੱਸਿਆ ਗੱਲ ਵੀ ਕਹਿੰਦੇ ਅਰਦਾਸ ਕਰਾਈ ਕਿ ਬੱਚੀ ਦਾ ਲੱਕ ਠੀਕ ਹੋ ਜਾਵੇ ਪਰਮਾਤਮਾ। ਸਾਰੇ ਸੁਣਿਆ, ਅਰਦਾਸ ਦੇ ਵਿੱਚ ਬੜਾ ਮਨ ਦੁਖੀ ਹੋਏ। ਕਹਿੰਦੇ ਮੰਮੀ ਰੋਣ ਲੱਗ ਪਏ, ਬਹੁਤ ਦੁਖੀ ਹੋਏ। ਉੱਥੋਂ ਕਹਿੰਦੀ ਇੱਕ ਬੀਬੀ ਨੇ ਸਾਨੂੰ ਨਾ ਇੱਕ ਕਹਿੰਦੀ ਕਿ ਇੱਕ ਤਰ੍ਹਾਂ ਨਾ ਇੱਕ ਚਮਤਕਾਰ ਜਿਹਾ ਹੋਇਆ, ਇੱਕ ਹੋਸਪਿਟਲ ਦਾ ਨਾਮ ਦੱਸਿਆ, ਅਤੇ ਕਹਿੰਦੇ ਕਿ ਤੁਸੀਂ ਇੱਕ ਵਾਰ ਉੱਥੇ ਜ਼ਰੂਰ ਜਾਓ, ਵੀ ਪ੍ਰੇਸ਼ਨ ਹਜੇ ਰਹਿਣ ਦਿਉ, ਕੁਆਰੀ ਕੁੜੀ ਹੈ ਵਿਚਾਰੀ, ਵੀ ਹਜੇ ਨਹੀਂ ਕੁਛ ਇਹੋ ਜਿਹਾ ਕਰੋ, ਵੀ ਚਲੋ ਪਰਮਾਤਮਾ ਵੱਲੋਂ ਮਿਹਰ ਹੋ ਗਈ ਨਾ। ਅਤੇ ਕਹਿੰਦੇ ਅਸੀਂ ਉਸ ਉਹਨਾਂ ਨੇ ਜ਼ਿਆਦਾ ਟਾਈਮ ਨਹੀਂ ਲਾਇਆ, ਚਲੋ ਘਰ ਆਏ ਅਤੇ ਘਰਦਿਆਂ ਨੂੰ ਦੱਸਿਆ ਵੀ ਜੀ ਭਾਈ ਉੱਥੇ ਮੈਨੂੰ ਇੱਦਾਂ ਲੱਗਦਾ ਹੈ ਕਿ ਮੇਰੇ ਮਨ ਨੂੰ ਵੀ ਸਕੂਨ ਹੈ ਕਿ ਉੱਥੇ। ਕਹਿੰਦੇ ਹਨ ਮੈਂ ਬੜੀਆਂ ਗੱਲਾਂ ਸੁਣੀਆਂ ਵੀ ਉੱਥੇ ਜਾ ਕੇ ਅਤੇ ਮੇਰੀ ਬੱਚੀ ਵੀ ਠੀਕ ਹੋ ਜਾਏਗੀ। ਇੱਕ ਆਸ ਸੀ, ਇੱਕ ਮੁਰਾਦ ਸੀ, ਇੱਕ ਜਿੱਦਾਂ ਕਹਿੰਦੇ ਨਾ ਪਰਮਾਤਮਾ ਆਪੇ ਹੀ ਘੱਲ ਦਿੰਦਾ ਹੁੰਦਾ, ਜਿੱਥੇ ਉਹਨੂੰ ਪਹੁੰਚਾਉਣਾ ਹੋਵੇ ਰਾਹ ਪਰਮਾਤਮਾ ਆਪ ਬਣਾ ਦਿੰਦਾ ਹੈ। ਕਰਦਾ ਤਾਂ ਸਭ ਕੁਝ ਪਰਮਾਤਮਾ ਹੈ, ਪਰ ਰਾਹ ਸਹੀ ਲੱਭਣਾ ਜਾਂ ਗਲਤ ਲੱਭਣਾ ਇਹ ਮਨੁੱਖ ਕਰਦਾ ਹੈ, ਅਤੇ ਜੇ ਤੁਸੀਂ ਉਹਦੀ ਭਗਤੀ ਕਰਦੇ ਹੋ ਉਹ ਤੁਹਾਨੂੰ ਸਹੀ ਰਾਹ ਹੀ ਦਿਖਾਏਗਾ ਪਰਮਾਤਮਾ। ਕਹਿੰਦੇ ਕਿ ਚਲੋ ਉਹਨਾਂ ਨੇ ਦੱਸਿਆ ਵੀ ਹਾਂਜੀ, ਕਹਿੰਦੇ ਗਏ ਗੱਡੀ ਕਰਕੇ ਲੰਮੇ ਪਈ ਵਿਚਾਰੀ ਲੈ ਕੇ ਗਏ। ਕਹਿੰਦੇ ਉੱਥੇ ਜਾ ਕੇ ਉਹਨਾਂ ਨੇ ਆਪਣੇ ਲੱਕ ਦਾ ਟ੍ਰੀਟਮੈਂਟ ਜੋ ਵੀ ਕਰਦੇ ਸੀ ਉਹ ਕੀਤਾ। ਚਲੋ ਜੀ, ਕਹਿੰਦੇ ਕਿ ਜਦੋਂ ਬੇਟੀ ਦਾ ਉੱਥੇ ਇਲਾਜ ਚੱਲ ਰਿਹਾ ਸੀ, ਮਨ 'ਚ ਤਾਂ ਇਹੀ ਸੀ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ, ਆਹ ਲਾਸਟ ਉਮੀਦ ਹੈ ਮੇਰੀ ਪਰਮਾਤਮਾ, ਵੀ ਹੁਣ ਮੈਂ ਥੱਕ ਚੁੱਕੀ ਹਾਂ, ਬਸ ਅੱਗੇ ਮੈਂ ਕੋਈ ਇਮਤਿਹਾਨ ਨਹੀਂ ਦੇ ਸਕਦੀ ਪਰਮਾਤਮਾ। ਜਦੋਂ ਕਹਿੰਦੇ ਨਾ ਬੰਦਾ ਇਮਤਿਹਾਨ ਦੇ ਕੇ ਥੱਕ ਜਾਂਦਾ ਨਾ, ਫਿਰ ਉਹ ਟੁੱਟ ਜਾਂਦਾ ਹੈ, ਫਿਰ ਉਹਨੂੰ ਕੁਝ ਚੰਗਾ ਨਹੀਂ ਲੱਗਦਾ। ਫਿਰ ਉਹ ਕਹਿੰਦੇ ਕਿ ਮੈਂ ਬੜਾ ਰੋਈ ਜਾਣ ਲੱਗਿਆ, ਜਾਂਦੇ ਜਾਂਦੇ ਬੜਾ ਮਨ 'ਚ ਬੜਾ ਸੰਘਰਸ਼ ਕਰ ਰਹੀ ਸੀ, ਪਰਮਾਤਮਾ ਬਸ ਅੱਜ ਦਾ ਦਿਨ ਆ, ਇਲਾਜ ਰੱਖ ਲਿਓ, ਅੱਜ ਦਾ ਦਿਨ ਆ ਪਰਮਾਤਮਾ ਮੇਰਾ ਠੀਕ ਕਰ ਦਿਓ। ਇਹ ਬੜੇ ਹਾੜੇ ਦੁਹਾੜੇ ਕੱਢਦੀ ਰਹੀ ਮਨ ਦੇ ਵਿੱਚ ਹੀ ਪਰਮਾਤਮਾ ਦੇ ਨਾਲ। ਕਹਿੰਦੇ ਇੱਦਾਂ ਲੱਗਦਾ ਸੀ ਕਿ ਸਾਹਮਣੇ ਬਾਬਾ ਜੀ ਦਾ ਸਰੂਪ ਪਿਆ ਹੈ ਅਤੇ ਉਹ ਉਹਨਾਂ ਨਾਲ ਲੜ ਰਹੀ ਹੈ, ਇੱਕ ਬੱਚਾ ਆਪਣੇ ਪਿਓ ਨਾਲ ਲੜ ਰਿਹਾ ਹੈ ਇਸ ਹਿਸਾਬ ਨਾਲ। ਕਹਿੰਦੇ ਮੈਂ ਬੜਾ ਅੱਖਾਂ ਅੱਖਾਂ 'ਚ ਰੋਈ ਗਈ, ਪਰ ਕਹਿੰਦੇ ਜਦੋਂ ਮੇਰੇ ਮਾਤਾ ਜੀ ਦੇਖਦੇ ਮੈਂ ਚੁੱਪ ਕਰ ਜਾਂਦੀ, ਮੈਂ ਮੂੰਹ 'ਤੇ ਕੱਪੜਾ ਲੈ ਲਿਆ, ਹਸਪਤਾਲ ਆਇਆ। ਕਹਿੰਦੇ ਉੱਥੇ ਡਾਕਟਰ ਚਲੋ ਟ੍ਰੀਟਮੈਂਟ ਕਰਦੇ ਸੀ, ਕਰਦੇ ਗਏ। ਕਹਿੰਦੇ 1-2 ਘੰਟੇ ਬਾਅਦ ਫਿਰ ਉਹਨਾਂ ਨੇ ਬੱਚੀ ਨੂੰ ਅੰਦਰ ਲੈ ਕੇ ਗਏ, ਫਿਰ ਬਾਹਰ ਲਿੱਤਾ, ਫਿਰ ਕਹਿੰਦੇ ਉਹਨਾਂ ਨੇ ਕੀਤਾ ਆਪਣਾ ਜੋ ਵੀ ਟ੍ਰੀਟਮੈਂਟ ਹੋ ਗਿਆ। ਉਹ ਬੱਚੀ ਦੀ ਲੱਤਾਂ 'ਚ ਐਵੇਂ ਜਿਵੇਂ ਜਾਨ ਆ ਗਈ ਹੁੰਦੀ ਹੈ।
जान आ गई होंगी है, बच्ची ने थोड़े लत्त पैर मूवमेंट करना शुरू करता, हिलने शुरू कर दिते हौली 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 हौली। उन्होंने पांच बार बुलाया, कहिंदे असी लगातार पांच बार गए, कहिंदे जदों मैं तीजी बार गई ना मैं बैठना शुरू करता, हुण मैं कार दी पिछली सीट ते बैठ के गई, ते गुटका साहब कहिंदे मेरे हाथ च सी, मैं पाठ करदी करदी उत्थे पहुंची। कहिंदे सिर्फ तीजी बार मैं गई, मेरे हाथ च गुटका साहब सी, मैनू इंज लगदा सी कि मैं कई धार्मिक यात्रा करदी होवां। कहिंदे मैं हुण परमात्मा अगे यही अरदास कीती कि सच्चे पातशाह मैनू तुरन फिरन लायक कर दे, मैं चुपहरा साहिब जरूर कट के आवांगी। अरदासां तां मन च बार बार करदे ने। कहिंदे कि चौथी बार गई, चलो थोड़ा तुरन फिरन लग पई, पंजवीं बार कहिंदे मैं बिल्कुल ठीक हो गई, फिर मैं अपने बाबा जी नूं मत्था टेकन चुपहरा साहिब धन धन बाबा दीप सिंह अमृतसर साहिब गई। कहिंदे उत्थे जा के कहिंदे मैं अपने परमात्मा तो अपनी भुल बख्शाई कि परमात्मा जे माड़ा टाइम से चलो तेरे सिर ते, तेरे करके परमात्मा चंगे समय में बदल गया, तो वह बच्ची हुण अजकल बिल्कुल ठीक है, हुण उहदे विआह दी गल चल रही है, बिल्कुल ठीक ठाक है, पढ़ लिख रही है, तो रिश्ता भी चंगे घर हो गया। देखो परमात्मा जे कोई दुख आ जाता ना, वो करमां दा दुख हुंदा है, उहनूं भुगत लिया करो। जे तुसी दुख विच सिमरन करते हो ना तां वह दुख तुहाडा दुख नहीं रहेगा, वह भी सुख च बदल जाएगा, तो बहुत जल्दी ही। एक बच्ची की हड्डबीती उहदी अपनी एक यह हड्डबीती है जो उसने साढ़े नाल सांझी कीती है। तो चुपहरा साहिब करन ना कहिंदे ने दुख टुटदे ने, वाहिगुरु घर विच रह के चुपहरा साहिब करिया करो, घर विच रह के बाणी पाठ सुनिया करो, सारे ही कारज रास हुंदे ने। रब उत्ते एक बार विश्वास करके तो वेखो कि परमात्मा मेरा सब तो वड्डा है, आले दुआले भटकण ना कुछ नहीं मिलना। सच्चे पातशाह श्री गुरु ग्रंथ साहिब चों सब कुछ लिखा है, सब कुछ उत्थों ही मिलना है। वाहिगुरु जी का खालसा, श्री वाहिगुरु जी की फतेह।